ਜ਼ਿਆਦਾ ਕੀ ਨਾ ਹੁੰਦੀਆਂ ਨੇ ਤਾਂ ਉਹਨਾਂ ਦੇ ਵਿੱਚ ਅਕਸਰ ਵਾਈਨ ਮਿਕਸਡ ਹੁੰਦੀ ਹੈ। ਉਹ ਵਾਈਨ ਕਿਉਂ ਮਿਕਸ ਕਰਦੇ ਨੇ? ਕਿਉਂਕਿ ਉਹ ਇਹੋ ਜਿਹੀ ਚੀਜ਼ਾਂ ਨੂੰ ਜ਼ਿਆਦਾ ਦੇਰ ਤੱਕ ਅਲਾਈਵ ਰੱਖਦੀਆਂ, ਯਾਨੀ ਕਿ ਜ਼ਿਆਦਾ ਦੇਰ ਤੱਕ ਖਰਾਬ ਨਹੀਂ ਹੋਣ ਦਿੰਦੀਆਂ। ਅਤੇ ਗਾਲਬਨ ਉਹ ਵਾਲਾ ਰੀਸਾ ਜਾਂ ਇਹੋ ਜਿਹੀ ਚੀਜ਼ ਬਣਾਉਂਦੇ ਹੋਣਗੇ ਨਾ, ਉਹਦਾ ਸੱਪਾਂ ਦਾ ਗੋਸ਼ਤ ਦੇ, ਤਾਂ ਉਹ ਬੜੀ ਇੱਕ ਮਰਗੂਬ ਸੀ, ਮਹਿੰਗੀ ਮਿਲਦੀ ਸੀ, ਤਾਂ ਉਹਨਾਂ ਦਾ ਜਿਹੜਾ ਨਾ ਸ਼ਰਾਬ ਵੀ ਮਿਕਸ ਕਰਦੇ ਸੀ। ਅਤੇ ਇਹ ਚੀਜ਼ਾਂ ਅਫਸਰ ਨੂੰ ਸਖਤੀ ਨਾਲ ਮਨ੍ਹਾ ਕੀਤਾ ਕਿ ਇਹ ਚੀਜ਼ਾਂ ਸਹੀ ਨਹੀਂ ਨੇ। ਅਤੇ ਅਕਸਰ ਲੋਕ ਜਿਹੜਾ ਨਾ ਤਾਵੀਜ਼ਾਂ ਵਗੈਰਾ ਦੀ ਵਾਸਤੇ ਜਿਹੜਾ ਨਾ ਜਿਹੜੀ ਹਜ਼ਰਤ ਉਮਰ ਦੀ ਜਿਹੜੀ ਨਾ ਉਹ ਦੋ ਹੋਰ ਵੀ ਕਾਫੀ ਕਿੱਸੇ ਦੱਸਦੇ ਨੇ, ਲੇਕਿਨ ਹਜ਼ਰਤ ਉਮਰ ਦੀਆਂ ਬੜੀਆਂ ਆਮ ਤੌਰ 'ਤੇ ਮਸ਼ਹੂਰ ਹੋ ਗਿਆ ਨਾ ਕਿ ਰੂਮ ਦੇ ਬਾਦਸ਼ਾਹ ਨੇ ਜਿਹੜਾ ਨਾ ਕੋਈ ਉਹਨਾਂ ਨੂੰ ਪੁੱਛਿਆ ਹਜ਼ਰਤ ਉਮਰ ਨੂੰ ਖਤ ਲਿਖ ਕੇ ਕਿ ਮੇਰੇ ਸਿਰ ਨੂੰ ਦਰਦ ਰਹਿੰਦਾ, ਤਾਂ ਹਜ਼ਰਤ ਉਮਰ ਨੇ ਇੱਕ ਟੋਪੀ ਲਿਖੀ ਜਿਹੜਾ ਉਹ ਟੋਪੀ ਪਾਉਂਦਾ ਸੀ, ਟੋਪੀ ਦੇ ਅੰਦਰ ਉਹਨਾਂ ਨੇ ਬਿਸਮਿਲ੍ਲਾ ਲਿਖ ਦਿੱਤੀ, ਤਾਂ ਉਹ ਟੋਪੀ ਪਾਉਂਦਾ ਸੀ ਬਾਦਸ਼ਾਹ, ਤਾਂ ਉਹ ਦਰਦ ਸਹੀ ਹੋ ਜਾਂਦੀ ਸੀ, ਇਸ ਲਈ ਨਹੀਂ ਸੀ ਪਾਉਂਦੇ, ਤਾਂ ਨਹੀਂ ਸੀ ਸਹੀ ਰਹਿੰਦੀ, ਤਾਂ ਉਹਨੇ ਜਿਸ ਅੰਦਰ ਦੇਖਿਆ ਤਾਂ ਬਿਸਮਿਲ੍ਲਾ ਲਿਖੀ ਸੀ। ਅਤੇ ਐੜੀ ਜਿਸ ਤਰ੍ਹਾਂ ਇੱਕ ਮਿਸਰ ਦਰਿਆ ਨੀਲ ਦੇ ਬਾਰੇ 'ਚ ਮਸ਼ਹੂਰ ਹੈ ਕਿ ਉਹਨੂੰ ਉਹਨਾਂ ਨੇ ਵੀ ਤਵੀਜ਼ ਹੀ ਲਿਖਿਆ ਸੀ ਅੰਦਰ, ਕਿ ਉਹਨਾਂ ਦਾ ਉਹ ਵਰਕਾ ਪਾਇਆ ਇੱਕ ਪੇਪਰ ਦੇ ਉੱਪਰ ਲਿਖ ਕੇ ਕਿ ਅਮੀਰ ਉਲ ਮੋਮਿਨੀਨ ਉਮਰ ਰਜ਼ੀ ਅੱਲਾਹ ਅਨਹੁ ਦੀ ਤਰਫ ਹੈ, ਅਤੇ ਦਰਿਆਏ ਨੀਲ ਨੂੰ ਐੜੀਆਂ ਹਦੀਸਾਂ ਨੇ ਜਾਂ ਰਵਾਇਤ ਨੇ, ਇਹਨਾਂ ਦੇ ਅੰਦਰ ਤੁਸੀਂ ਦੇਖੋਗੇ ਕਿ ਅਗਰ ਤੁਸੀਂ ਇਹਦੀ ਡੈਪਥ 'ਚ ਜਾਓਗੇ ਨਾ, ਤਾਂ ਇਹ ਜ਼ਈਫ ਔਰ ਮਜਹੂਲ ਰਵਾਨ ਹੈ, ਅਤੇ ਇਹਦੇ ਅੰਦਰ ਜਿਹੜਾ ਨਾ ਉਹ ਚੀਜ਼ਾਂ ਸਾਨੂੰ ਇੰਨੀਆਂ ਕਵੀ ਚੇਂਜ ਤੋਂ ਨਹੀਂ ਮਿਲਦੀਆਂ। ਅਤੇ ਹੋਰ ਵੀ ਇਸ ਤਰ੍ਹਾਂ ਦੀਆਂ ਕਾਫੀ ਨੇ ਜਿਹੜੀਆਂ ਕਿ ਜ਼ਈਫ ਨੇ ਔਰ ਨਹਾਇਤ ਜ਼ਈਫ ਨੇ, ਉਹਨਾਂ ਦੀ ਕੋਈ ਬੇਸਿਕਲੀ ਬਿਲਕੁਲ ਹੀ ਅਥੈਂਟੀਕੇਸ਼ਨ ਹੈ ਹੀ ਨਹੀਂ ਹੈ, ਤਾਂ ਹੁਣ ਮੈਂ ਕਿੰਨੀਆਂ ਨੂੰ ਕੋਟ ਕਰਾਂ? ਅਤੇ ਬਹਰਹਾਲ ਇਹੀ ਹੈ ਕਿ ਜਿਹੜੀ ਚੀਜ਼ ਕੁਰਾਨ ਔਰ ਸੁਨਤ ਦੀ ਔਰ ਸਹੀ ਹਦੀਸਾਂ ਤੋਂ ਥੋੜ੍ਹੀ ਚੀਜ਼ ਸਾਬਤ ਹੈ, ਜਾਂ ਐਟਲੀਸਟ ਉਹ ਵਾਲੀਆਂ ਹਦੀਸਾਂ ਜਿਹੜੀਆਂ ਜਿਨ੍ਹਾਂ ਦਾ ਪੂਰਾ ਇੰਨਾ ਕਲਾਮ ਨਹੀਂ ਹੈ, ਜਾਂ ਉਹਨਾਂ ਨੂੰ ਚੈਲੇਂਜ ਨਹੀਂ ਕੀਤੇ ਗਿਆ, ਜਾਂ ਉਹਨਾਂ ਦੇ ਕੋਈ ਮਜਹੂਲ ਨਹੀਂ ਨੇ, ਜਾਂ ਕੋਈ ਉਹ ਚੇਨ ਨਹੀਂ ਟੁੱਟੀ ਦੀ, ਤਾਂ ਉਹ ਵਾਲੀਆਂ ਹਦੀਸਾਂ ਜ਼ਾਹਰੀ ਗੱਲ ਹੈ ਅਸੀਂ ਪਹਿਲੇ ਲਵਾਂਗੇ, ਉਸ ਤੋਂ ਬਾਅਦ ਲੈਣਾ ਨਾ ਦੂਸਰੀ। ਅਤੇ ਕਿਉਂਕਿ ਇੱਕ ਕੁਛ ਚੀਜ਼ਾਂ ਐਸੀਆਂ ਵੀ ਨੇ, ਪਹਿਲੇ ਵੀ ਸ਼ਾਇਦ ਗੱਲਾਂ ਦੱਸੀਆਂ ਹੋਣਗੀਆਂ, ਲੇਕਿਨ ਕੋਈ ਐਸੀਆਂ ਚੀਜ਼ਾਂ ਨੇ ਕਿ ਤਾਵੀਜ਼ਾਂ ਦੇ ਉੱਪਰ ਈਵਨ ਦੋ ਕਿ ਉਹ ਕੁਰਾਨ ਹੀ ਉਹਦੇ ਅੰਦਰ ਕਿਉਂ ਲਿਖੇਦਾ ਨਾ ਹੋਵੇ, ਕੋਈ ਐਸੀਆਂ ਚੀਜ਼ਾਂ ਹੈ ਨਾ ਜਿਹੜੀਆਂ ਕਿ ਨੈਗੇਟਿਵ ਐਸਪੈਕਟ ਦੇ ਵਿੱਚ ਜਾਂਦੀਆਂ ਨੇ, ਮਨਫੀ ਮਿਸਾਲ ਦੇ ਤੌਰ 'ਤੇ ਕਿ ਕੁਰਾਨ ਪਾਕ ਦੇ ਆਪਣੇ ਅੰਦਰ ਹੀ ਹੈ, ਵਈਮ ਸਸ ਕੱਲਾ ਹੋਵੇ ਦੁਰਿਨ ਫਲਾ ਕਾਸ਼ਿ ਫਲਾ ਹੋ ਇਲਾ ਹੋ ਸੂਰਤ ਅਨਆਮ ਦੀ ਆਇਤ ਨੰਬਰ 17 ਅਤੇ ਸੂਰਤ ਯੂਨਸ ਦੀ ਆਇਤ ਨੰਬਰ 107 ਬੰਦਾ ਆਪੀ ਵੀ ਪੜ੍ਹ ਲਵੇ, ਕਿ ਕੁਰਾਨ ਪਾਕ ਆਪੀ ਕਹਿੰਦਾ ਪਿਆ ਅਗਰ ਜਿਹੜਾ ਨਾ ਕਿਸੇ ਨੂੰ ਜਿਹੜਾ ਨਾ ਅੱਲਾਹ ਤਾਲਾ ਕੋਈ ਤਕਲੀਫ ਪਹੁੰਚਾਵੇ ਤਾਂ ਉਹਨੂੰ ਦੂਰ ਕਰਨ ਵਾਲਾ ਅੱਲਾਹ ਤੋਂ ਸਿਵਾ ਕੋਈ ਨਹੀਂ ਹੈ, ਅਤੇ ਸਿਰਫ ਇਹ ਤਵੀਜ਼ ਪਾਕ ਹੈ, ਅਤੇ ਬੰਦਾ ਇਹ ਸਮਝਿਆ ਕਿ ਤਵੀਜ਼ ਨੇ ਮੇਰੀ ਤਕਲੀਫ ਦੂਰ ਕਰਨੀ ਹੈ, ਤਾਂ ਇੱਕ ਅੱਲਾਹ ਦੇ ਅੰਦਰੋਂ ਜਿਹੜਾ ਨਾ ਤਵੱਕਲ ਦੀ ਕਮੀ ਕਰਨ ਦਾ ਜਿਹੜਾ ਨਾ ਉਹ ਸਬਬ ਹੋ ਸਕਦਾ ਵਾ। ਸਾਰੇ ਲੋਕਾਂ ਦਾ ਅਕੀਦਾ ਇੱਕ ਜੈਸਾ ਨਹੀਂ ਹੁੰਦਾ, ਅਤੇ ਜਿਹੜੇ ਘੱਟ ਅਕੀਦੇ ਸਟਰੋਂਗ ਅਕੀਦਾ ਨਾ ਜਿਹਦਾ ਹੋਵੇ ਤਾਂ ਉਹ ਬੜਾ ਜਲਦੀ ਜਿਹੜਾ ਨਾ ਮਾਇਲ ਹੋ ਜਾਏਗਾ ਕਿ ਇਹ ਤਵੀਜ਼ ਵੀ ਜਨਮ ਨੂੰ ਇਹ ਹੋਇਆ, ਅਸਲ ਅੱਲਾਹ ਦੀ ਤਰਫੋਂ ਉਹਦਾ ਧਿਆਨ ਵੱਟ ਜਾਏਗਾ। ਅਤੇ ਦੂਸਰਾ ਇਹ ਵੀ ਹੈ ਕਿ ਤਕਦੀਰ ਦੇ ਵਿੱਚ ਕੋਈ ਚੀਜ਼ ਲਿਖੋ ਗਈ ਦੀ ਹੈ, ਅਤੇ ਫਿਰ ਉਹਨੂੰ ਬੰਦਾ ਜਿਹੜਾ ਨਾ ਇਹ ਸੋਚੇਗਾ ਕਿ ਸ਼ਾਇਦ ਤਵੀਜ਼ ਜਿਹੜਾ ਨਾ ਮੇਰੀ ਤਕਦੀਰ ਚੇਂਜ ਕਰ ਦੇਗਾ, ਅਤੇ ਜਾਂ ਬੜਾ ਨਾ ਦੁਆ ਅਤੇ ਦਵਾ ਜਿਹੜੀ ਡਾਕਟਰ ਕੋਲ ਜਾਣ ਵਾਸਤੇ, ਜਾਂ ਕੋਈ ਦੁਆਵਾਂ ਮੰਗਣ ਨਾਲ ਜਿਹੜੀਆਂ ਇਨਸਾਨ ਦੁਆ ਮੰਗਦਾ ਹੈ, ਤਾਂ ਉਹਦੀ ਜਿਹੜੀ ਬੇਸਿਕਲੀ ਸਵਾਬ ਮਿਲਦਾ ਇਨਸਾਨ ਨੂੰ, ਔਰ ਸੁਨਤ ਦੀ ਔਰ ਕੁਰਾਨੀ ਦੁਆਵਾਂ ਦੇ ਨਾਲ ਈਵਨ ਦੋ ਤਕਲੀਫ ਉਹਦੀ ਦੂਰ ਹੁੰਦੀ ਹੈ ਕਿ ਨਹੀਂ ਹੁੰਦੀ, ਜਿਹੜਾ ਉਹਨੂੰ ਰਿਵਾਰਡ ਮਿਲਦਾ ਉਹਦਾ ਤਾਂ ਕੋਈ ਮੁਕਾਬਲਾ ਨਹੀਂ ਕਰਦਾ, ਤਵੀਜ਼ ਪਾ ਲਿਆ ਉਹ ਕੰਮ ਨਹੀਂ ਹੋ ਸਕਦਾ, ਲੇਕਿਨ ਦੁਆਵਾਂ ਮੰਗਣ ਦੇ ਨਾਲ
ਸਾਰੀਆਂ ਚੀਜ਼ਾਂ ਦੀ ਮਹਿਰੂਮ ਹੋ ਗਿਆ, ਫਿਰ ਇਸ ਤਰ੍ਹਾਂ ਹੀ ਜਿਹੜਾ ਨਾ ਜਿਹੜੀ ਦੁਆ ਦੀ ਅਹਿਮੀਅਤ ਵੀ ਖਤਮ ਕਰ ਦਿੰਦਾ। ਮਿਸਾਲ ਦੇ ਤੌਰ 'ਤੇ ਆਪ ਸਲਮ ਨੇ ਦੱਸਿਆ ਇਹ ਵਾਲੀ ਦੁਆ ਪੜ੍ਹੋ, ਇਹ ਵਾਲੀ ਦੁਆ ਪੜ੍ਹੋ, ਇਹ ਵਾਲੀ ਦੁਆ ਪੜ੍ਹੋ, ਕੁਰਾਨ ਪੜ੍ਹੋ, ਸਾਰੀਆਂ ਜਿਸ ਨਹੀਂ ਪੜ੍ਹੇਗਾ ਤਾਂ ਫਿਰ ਉਹਦੇ ਅਜਰ ਕੋਲੋਂ ਮਹਿਰੂਮੀ ਤਾਂ ਹੋਏਗੀ ਹੋਏਗੀ ਨਾ ਕਮ ਅਜ਼ ਕਮ। ਤਾਂ ਜਿਹੜੀ ਸਭ ਤੋਂ ਵੱਡੀ ਚੀਜ਼ ਮੈਂ ਪਹਿਲੇ ਵੀ ਦੱਸੀ ਸੀ ਕਿ ਉਹ ਤੁਸੀਂ ਫਿਲਮ ਦੇਖਣ ਦੇ ਟਾਈਮ ਵੀ ਤਵੀਜ਼ ਬਣੇਦਾ, ਹਮ ਬਿਸਤਰੀ ਕਰਨ ਦੇ ਟਾਈਮ ਵੀ, ਇਹਤਲਾਮ ਦੇ ਵਿੱਚ ਹਾਲਤ 'ਚ, ਜਨਾਬਤ ਦੀ ਹਾਲਤ ਵਿੱਚ ਔਰਤਾਂ ਨੇ ਤਾਂ ਉਹਨਾਂ ਨੂੰ ਜਿਹੜੇ ਮਹੀਨੇ ਦੇ ਉਹਨਾਂ ਦੇ ਕੋਈ ਐਸੇ ਦਿਨ ਆਉਂਦੇ ਨੇ ਕਿ ਕੁਰਾਨ ਨੂੰ ਉਹਨਾਂ ਨੂੰ ਟੱਚ ਨਹੀਂ ਕਰ ਸਕਦੀ, ਉਹਨਾਂ ਦਿਨਾਂ ਦੇ ਵਿੱਚ ਕੋਈ ਬੱਚਾ ਪੈਦਾ ਹੋ ਗਿਆ ਉਹਨਾਂ ਦਿਨਾਂ 'ਚ, ਅਤੇ ਫਿਰ ਉਸ ਤੋਂ ਬਾਅਦ ਜਿਹੜਾ ਨਾ ਬਾਥਰੂਮ ਦੇ ਵਿੱਚ ਜਾਣ ਵਾਸਤੇ, ਸਾਰੇ ਮੁਕਾਮਾਂ ਦੇ ਵਿੱਚ ਕੁਰਾਨ ਨੂੰ ਤੁਸੀਂ ਕੁਰਾਨ ਦੀ ਕਿਸ ਤਰ੍ਹਾਂ ਰਿਸਪੈਕਟ ਕਰੋਗੇ, ਇੱਕ ਇਨਕਨਵੀਨੀਅੰਟ ਵੀ ਹੋ ਜਾਏਗਾ ਇਹਨਾਂ ਹਾਲਾਤ ਦੇ ਵਿੱਚ। ਅਤੇ ਰਿਗਾਰਡਲੈਸ ਆਫ ਦੀ ਫਿਰਕੇਬਾਜ਼ੀ ਦੀ ਗੱਲ ਨੂੰ ਅਸੀਂ ਸਾਈਡ 'ਤੇ ਰੱਖ ਕੇ ਵੀ ਇਹ ਵਾਲੀ ਗੱਲ ਸੋਚੀਏ ਕਿ ਅਸੀਂ ਕੁਰਾਨ ਨੂੰ ਡਾਇਰੈਕਟਲੀ ਅਸੀਂ ਅਗਰ ਦੇਖੀਏ ਤਾਂ ਫਿਰ ਅਸੀਂ ਬੇਸਿਕਲੀ ਇਨਡਾਇਰੈਕਟਲੀ ਅਸੀਂ ਕੁਰਾਨ ਦੇ ਨਾਲ ਡਿਸਰਿਸਪੈਕਟਫੁਲੀ ਕਰ ਰਹੇ ਹਾਂ, ਕਿ ਉਹਨੂੰ ਉਹ ਚੀਜ਼ ਉਹ ਵਾਲਾ ਰੁਤਬਾ ਜਿਹੜਾ ਕੁਰਾਨ ਪਾਕ ਡਿਜ਼ਰਵ ਕਰਦਾ, ਅਸੀਂ ਜਿਹੜਾ ਉਹਨੂੰ ਪੜ੍ਹਨ ਦਾ ਉਹਦੇ ਉੱਪਰ ਅਮਲ ਕਰਨ ਦਾ, ਅਸੀਂ ਉਹਦੇ ਬਜਾਏ ਅਸੀਂ ਉਹਨੂੰ ਉਹਦੀ ਜਿਹੜੇ ਨਾ ਬੇਸਿਕਲੀ ਬਾਥਰੂਮ ਵਗੈਰਾ 'ਚ ਨਾਲ ਲੈ ਕੇ ਫਿਰਨ ਦੇ ਨਾਲ ਉਹਦੀ ਬੇਹਰਮਤੀ ਵੀ ਕਰ ਦਿੰਦੇ ਹਾਂ ਸਮ ਟਾਈਮ। ਉਹ ਬਲਕਿ ਮੈਨੂੰ ਉਹ ਹਦੀਸ ਮਿਲੇਗੀ ਜਿਹਦੇ 'ਚ ਜ਼ਿਕਰ ਸੀ ਕਿ ਆਪ ਸਲਮ ਨੇ ਫਰਮਾਇਆ يدخل الجنة من أمتي سمعون ألف بغير حساب قيل يا رسول الله صلى الله عليه وسلم من هم قال هم الذين لا يتطيرون ولا يكتبون ولا يسترقون وعلى ربهم يتوكلون میری امت کے 70,000 لوگ بلا حساب جنت میں داخل ہوں گے۔ پوچھا گیا یا اللہ کے رسول وہ کون لوگ ہیں، آپ نے فرمایا وہ لوگ جو فعال اور بد شگری نہیں لیتے، نہ داغنے کا علاج کرواتے ہیں اور نہ ہی جھاڑ پھونک کرواتے ہیں، بلکہ اپنے پروردگار پر بھروسہ کرتے ہیں۔ بخاری شریف دی حدیث ہے غالباً۔ ਇਹਦੇ 'ਚ ਉਹੀ ਜਿਹੜਾ ਨਾ ਝਾੜ ਪੁੱਖ ਦਾ ਜ਼ਿਕਰ ਹੈ ਜਿਹਦੇ 'ਚ ਸ਼ਰਕੀਆਂ ਮਾਲ ਸ਼ਾਮਿਲ ਹੋਣਗੇ, ਅਤੇ ਬਾਕੀ ਜਿਹੜੇ ਨਾ ਜਿਹੜੀ ਅਰਬੀ ਜ਼ਬਾਨ ਦੇ ਵਿੱਚ ਹੋਣਾ ਤਾਂ ਲਾਜ਼ਮੀ ਹੋਣਾ ਚਾਹੀਦਾ ਹੈ, ਕੋਈ ਐਂ ਨਾ ਕਹੋ ਕਿ ਅੰਗਰੇਜ਼ੀ 'ਚ ਤੁਸੀਂ ਅੰਗਰੇਜ਼ੀ ਜਿਹੜਾ ਨਾ ਉਹ ਰੁਕੀਆ ਪਾ ਰਹੇ ਹਾਂ। ਦਲੀਸ ਉਹਦੀ ਅਰਬੀ ਜ਼ਬਾਨ 'ਚ ਵੀ ਹੋਵੇ, ਅਗਰ ਕੋਈ ਇਸਮਾ ਅੱਲਾਹ ਤਾਲਾ ਦੇ ਇਸਮਾ ਹੁਸਨਾ ਦਾ ਕੋਈ ਜਿਹੜਾ ਨਾ ਦਮ ਕਰ ਰਿਹਾ, ਕੋਈ ਅਲਹਮਦੁਲਿਲਾ ਸ਼ਰੀਫ ਦਾ ਔਰ ਸੂਰਤ ਬਕਰਾ ਦਾ ਜਾਂ ਕੁੱਲਾ ਦਾ ਕੋਈ ਹੋਰ ਹੈ ਨਾ, ਠੀਕ ਹੈ। ਤਾਂ ਬੇਸਿਕਲੀ ਸਾਰਾ ਕੁਝ ਪੜ੍ਹਨ ਤੋਂ ਬਾਅਦ ਵੀ ਅੱਲਾਹ ਦੇ ਕੋਲ ਹੋੜ ਨਾ ਬੰਦਾ ਇਹ ਰੱਖਿਆ ਅਕੀਦਾ ਕਿ ਅੱਲਾਹ ਹੀ ਜਿਹੜਾ ਨਾ ਉਹ ਸ਼ਾਫੀ ਹੈ। ਅਤੇ ਕਿਉਂਕਿ ਇੱਕ ਚੀਜ਼ ਹੈ ਵੀ ਅੱਛਾ ਜਾਦੂਗਰ ਜਿਹੜੇ ਅੱਜ ਵੀ ਜਿਹੜਾ ਨਾ ਸਾਊਦੀ ਵਗੈਰਾ 'ਚ ਜਾਂ ਪਾਕਿਸਤਾਨ 'ਚ ਜਿਹੜੇ ਲੋਕ ਜਾਦੂਗਰ ਜਿਹਨਾਂ ਨੇ ਤੋਬਾ ਕਰ ਲਈ, ਉਹਨਾਂ ਨੇ ਆਪਣੇ ਜਾਦੂ ਦੇ ਤਰੀਕੇ ਸਾਨੂੰ ਕਾਫੀ ਦੱਸੇ ਕਿ ਅਸੀਂ ਇਸ ਤਰ੍ਹਾਂ ਕਰਦੇ ਸੀ, ਇਸ ਤਰ੍ਹਾਂ ਕਰਦੇ ਸੀ। ਤਾਂ ਉਹ ਸ਼ਾਇਦ ਯੂਟਿਊਬ 'ਚ ਵਗੈਰਾ ਵੀ ਕਿਤੇ ਹੈ ਨਾ। ਅਤੇ ਬਹਰਹਾਲ ਉਹੜੇ ਦੱਸਦੇ ਉਹ ਵੀ ਇਹ ਦੱਸਦੇ ਸੀ ਕਿ ਜਿਹੜੇ ਕਿ ਸਾਡੇ ਪੁਰਾਣੇ ਉਲਮਾ ਕਰਾਮ ਵੀ ਦੱਸਦੇ ਸੀ ਕਿ ਜਿਹੜੇ ਜਾਦੂ ਅਕਸਰ ਨਾ ਬੱਚਿਆਂ 'ਤੇ ਔਰ